ਕੁਰਾਲੀ ਸ਼ਹਿਰ ਦੇ ਮਰਿੰਡਾ ਰੋਡ ਦੇ ਸਥਿਤ ਨੂਰ ਬੁਟੀਕ ਨੂੰ ਅੱਜ ਤੜਕ ਸਾਰ ਕੁਝ ਸ਼ਰਾਰਤੀ ਅਨਸਰਾਂ ਨੇ ਅੱਗ ਲਗਾ ਦਿੱਤੀ, ਜਿਸ ਕਾਰਨ ਦੁਕਾਨ ਵਿੱਚ ਪਿਆ ਲੱਖਾਂ ਦਾ ਸਮਾਨ ਸੜ ਕੇ ਸਵਾਹ ਹੋ ਗਿਆ। ਇਸ ਮਾਮਲੇ ਸੰਬੰਧੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਬੁਟੀਕ ਦੀ ਮਾਲਕ ਹਰਪ੍ਰੀਤ ਕੌਰ ਨੇ ਦੱਸਿਆ ਕਿ ਉਹ ਰੋਜ਼ਾਨਾ ਵਾਂਗ ਆਪਣੀ ਦੁਕਾਨ ਨੂੰ ਬੰਦ ਕਰਕੇ ਗਏ ਸਨ, ਜਦੋਂ ਸਵੇਰੇ ਕਿਸੇ ਨੇ ਫੋਨ ਕਰਕੇ ਦੱਸਿਆ ਕਿ ਉਹਨਾਂ ਦੀ ਦੁਕਾਨ ਨੂੰ ਅੱਗ ਲੱਗ ਗਈ ਹੈ। ਹਰਪ੍ਰੀਤ ਕੌਰ ਨੇ ਦੱਸਿਆ, ਜਦੋਂ ਪਿੰਡ ਤੋਂ ਆ ਕੇ ਉਹਨਾਂ ਨੇ ਦੇਖਿਆ ਕਿ ਦੁਕਾਨ ਵਿੱਚ ਪਿਆ ਸਾਰਾ ਸਮਾਨ, ਫਿਟਿੰਗ ਅਤੇ ਸਿਲਾਈ ਮਸ਼ੀਨਾਂ ਅਤੇ ਲੱਖਾਂ ਦੇ ਕੱਪੜਿਆਂ ਤੋਂ ਇਲਾਵਾ ਹੋਰ ਸਮਾਨ ਵੀ ਸੜ ਕੇ ਸਵਾਹ ਹੋ ਚੁੱਕਾ ਸੀ। ਉਹਨਾਂ ਨੇ ਦੱਸਿਆ ਕਿ ਪਹਿਲਾਂ ਤਾਂ ਉਹਨਾਂ ਨੇ ਜਾਪਿਆ ਕਿ ਸ਼ਾਇਦ ਬਿਜਲੀ ਦੇ ਸ਼ਾਰਟ ਸਰਕਟ ਨਾਲ ਇਹ ਘਟਨਾ ਵਾਪਰੀ ਹੋਵੇ। ਉਹਨਾਂ ਦੱਸਿਆ ਕਿ ਜਦੋਂ ਉਹਨਾਂ ਨੇ ਨਾਲ ਲੱਗਦੀ ਦੁਕਾਨ ਦੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੇਖੀ ਤਾਂ ਉਹ ਵੇਖ ਕੇ ਹੈਰਾਨ ਹੋ ਗਏ। ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋਈ ਤਸਵੀਰਾਂ ਤੋਂ ਸਾਹਮਣੇ ਆਇਆ ਕਿ ਤੜਕਸਾਰ ਕਰੀਬ 3:30 ਤੇ ਮੋਟਰਸਾਈਕਲ ਤੇ ਸਵਾਰ ਹੋ ਕੇ ਆਏ ਨੌਜਵਾਨਾਂ ਨੇ ਉਹਨਾਂ ਦੀ ਦੁਕਾਨ ਦਾ ਸ਼ਟਰ ਤੇ ਲੱਗਿਆ ਜਿੰਦਰਾ ਤੋੜ ਲਿਆ। ਇਸ ਦੌਰਾਨ ਉਹਨਾਂ ਨੇ ਦੁਕਾਨ ਵਿੱਚ ਦਾਖਲ ਹੋ ਕੇ ਪਹਿਲਾਂ ਤਾਂ ਪਿਛਲੇ ਪਾਸਿਓ ਸਮਾਨ ਨੂੰ ਅੱਗ ਲਗਾ ਦਿੱਤੀ, ਜਿਸ ਤੋਂ ਬਾਅਦ ਉਹ ਦੁਕਾਨ ਵਿੱਚ ਰੱਖੇ ਇਨਵੇਟਰ ਤੇ ਬੈਟਰੀ ਚੁੱਕ ਕੇ ਭੱਜ ਗਏ। ਹਰਪ੍ਰੀਤ ਕੌਰ ਨੇ ਦੱਸਿਆ ਕਿ ਦੁਕਾਨ ਵਿੱਚ ਕਾਫੀ ਮਹਿੰਗੇ ਕੱਪੜੇ ਸਿਲਾਈ ਲਈ ਆਏ ਹੋਏ ਸਨ, ਪਰ ਉਕਤ ਸ਼ਰਾਰਤੀ ਅਨਸਰਾਂ ਨੇ ਕੱਪੜੇ ਤੇ ਹੋਰ ਸਮਾਨ ਨੂੰ ਹੱਥ ਤੱਕ ਨਹੀਂ ਲਾਇਆ। ਉਹਨਾਂ ਨੇ ਦੱਸਿਆ ਕਿ ਇਸ ਕਾਰਨ ਉਹਨਾਂ ਦਾ ਕਰੀਬ 5 ਲੱਖ ਦਾ ਨੁਕਸਾਨ ਹੋ ਗਿਆ ਹੈ। ਉਹਨਾਂ ਪ੍ਰਸ਼ਾਸਨ ਤੋਂ ਦੋਸ਼ੀਆਂ ਦੇ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਇਸ ਘਟਨਾ ਸੰਬੰਧੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਸਥਾਨਕ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੇਖ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। 8 ਤਰੀਕ ਨੂੰ 3 ਮਹੀਨੇ ਕੋ ਖੋਲੀ ਨੂੰ ਮੈਂ ਜਿਸ ਦਿਨ ਦੀ ਦੁਕਾਨ ਖੋਲੀ ਆ, ਜਿਹੜਾ ਮਾਸਟਰ ਜੀ ਮੇਰੇ ਕੋ ਕੰਮ ਕਰਦਾ ਏ ਉਹ ਕਿਸੇ ਹੋਰ ਕੁੜੀ ਕੋਲੋਂ ਹਟ ਕੇ ਆਇਆ। ਉਹਨੇ ਉਸ ਦਿਨ ਦੀ ਮੈਨੂੰ ਧਮਕੀਆਂ ਦੇ ਰਹੀ ਹੈ ਵੀ ਮੈਂ ਤੇਰਾ ਕੰਮ ਨਹੀਂ ਚੱਲਣ ਦਿੰਦਾ। ਉਹਦਾ ਜਿਹੜਾ ਹਸਬੰਡ ਹੈ ਉਹਨੇ ਜੱਟਾਂ ਦੇ ਮੁੰਡੇ, ਜੱਟਾਂ ਦੀ ਕੁੜੀ ਹੈ, ਤਖਾਣਾ ਦੇ ਮੁੰਡੇ ਨਾਲ ਵਿਆਹ ਕਰਵਾਇਆ। ਉਹ ਮੁੰਡਾ ਨਾ ਕਤਲ ਦੇ ਕੇਸ ਵਿੱਚ 3 ਕਤਲ ਦੇ ਕੇਸਾਂ ਵਿੱਚ ਜ਼ਮਾਨਤ ਪਰ ਆਇਆ ਹੋਇਆ ਤੇ ਮੈਨੂੰ ਉਹਨਾਂ ਤੇ ਪੂਰੀ ਸ਼ੱਕ ਹੈ ਕਿਉਂਕਿ ਉਹਨਾਂ ਦਾ ਕੰਮ ਬਿਲਕੁਲ ਬੰਦ ਹੋ ਗਿਆ। ਉਹਨਾਂ ਨੇ ਇਸ ਜਿੱਦ ਵਿੱਚ ਮੇਰਾ ਵੀ ਕੰਮ ਬੰਦ ਕਰਿਆ, ਉਹਨਾਂ ਨੇ ਅੱਗ ਲਾਈ ਹੈ, ਜਾਣ ਬੁੱਝ ਕੇ ਲਾਈ, ਮੈਨੂੰ ਪੂਰੀ ਸ਼ੱਕ ਉਹਨਾਂ ਤੇ ਆ। ਇਹ 3:30 ਵਜੇ ਉਹਨਾਂ ਨੇ ਤਾਲਾ ਤੋੜਿਆ, 4 ਵਜੇ ਇਹ ਅੱਗ ਲਾਈ ਹੈ। 3:30-4 ਦੇ ਵਿੱਚ ਅੱਗ ਲੱਗੀ ਹੈ। ਕਿੰਨਾ ਕੁ ਨੁਕਸਾਨ ਹੋ ਗਿਆ ਭੈਣ ਜੀ? ਮੇਰਾ ਜੀ 5.5 ਲੱਖ ਦੇ ਕਰੀਬ ਨੁਕਸਾਨ ਹੋ ਗਿਆ। ਖਰੜ ਤੋਂ ਡੈਵਿਡ ਵਰਮਾ, ਜੀਵੇ ਪੰਜਾਬ ਟੀਵੀ।